ਸਬੇਸ਼ਕ ਫੈਡਰਲ ਚੋਣਾਂ 20 ਸਤੰਬਰ ਨੂੰ ਨੇ ਪਰ ਜੇ ਤੁਸੀਂ ਪਹਿਲਾਂ ਹੀ ਆਪਣਾ ਮੜ ਬਣਾ ਲਿਆ ਹੈ ਤਾਂ ਤੁਸੀਂ ਸ਼ੁੱਕਰਵਾਰ ਦੇ ਸ਼ੁਰੂ ਦੇ ਵਿੱਚ ਵੋਟ ਪਾ ਸਕਦੇ ਹੋ ਯਾਨੀ ਅੱਜ ਤੋਂ ਐਡਵਾਂਸ ਪੋਲਸ ਫੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲਣਗੇ ਤੇ ਸੋਮਵਾਰ ਤੱਕ ਇਹ ਦਿਨ ਤੱਕ ਚੱਲਣਗੇ ਇਲੈਕਸ਼ਨਸ ਕੈਨੇਡਾ ਦਾ ਇਹ ਕਹਿਣਾ ਹੈ ਕਿ ਜੇ ਤੁਸੀਂ ਵੋਟ ਪਾਉਣ ਦੇ ਲਈ ਰਜਿਸਟਰਡ ਹੋ ਤੁਹਾਨੂੰ ਸ਼ੁੱਕਰਵਾਰ ਤੱਕ ਡਾਕ ਰਾਹੀਂ ਵੋਟਰ ਜਾਣਕਾਰੀ ਕਾਰਡ ਪ੍ਰਾਪਤ ਕਰਨਾ ਚਾਹੀਦਾ ਹੈ ਕਾਰਡ ਦੇ ਵਿੱਚ ਤੁਹਾਡੇ ਪੋਲਿੰਗ ਸਟੇਸ਼ਨ ਦੀ ਜਿਹੜੀ ਹੈ ਉਹ ਸਾਰੀ ਸਥਿਤੀ ਹੈ ਜੇ ਤੁਹਾਡੇ ਕਾਰਡ ਦੇ ਉੱਤੇ ਨਾਮ ਤੇ ਪਤਾ ਸਹੀ ਹੈ ਤਾਂ ਤੁਸੀਂ ਕਾਰਡ ਤੇ ਦੱਸੇਗੇ ਯੋਗਤਾ ਮਾਦੰਡਾ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਵੋਟ ਪਾਉਣ ਦੇ ਲਈ ਤਿਆਰ ਹੋ ਜਦੋਂ ਤੁਸੀਂ ਵੋਟ ਪਾਉਣ ਦੇ ਲਈ ਜਾਂਦੇ ਹੋ ਤਾਂ VOTING ਪ੍ਰਕਿਰਿਆ ਨੂੰ ਸੌਖਾ ਬਣਾਉਣ ਦੇ ਲਈ ਸਵੀਕਾਰ ਕੀਤੀ ਗਈ ID ਦੇ ਨਾਲ ਇਹ ਕਾਰਡ ਆਪਣੇ ਨਾਲ ਲਿਆਓ ਇਲੈਕਸ਼ਨ ਕੈਨੇਡਾ ਨੇ ਇਹ ਸਭ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਤੇ ਲਿਖੀ ਹੈ ਜੇ ਤੁਹਾਨੂੰ ਵੋਟ ਕਾਰਡ ਨਹੀਂ ਮਿਲਿਆ ਜਾਂ ਵੋਟਰ ਕਾਰਡ ਦੇ ਉੱਤੇ ਦਿੱਤੀ ਜਾਣਕਾਰੀ ਗਲਤ ਹੈ ਤਾਂ ਆਪਣੇ ਰਜਿਸਟ੍ਰੇਸ਼ਨ ਦੀ ਜਾਂਚ ਕਰਨ ਜਾਂ ਆਪਣੇ ਪਤੇ ਦੀ ਜਾਣਕਾਰੀ ਨੂੰ ਅਪਡੇਟ ਕਰਨ ਦੇ ਲਈ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਦੀ ਵਰਤੋਂ ਕਰੋ ਜਾਂ ਸਹਾਇਤਾ ਦੇ ਲਈ ਇਲੈਕਸ਼ਨ ਕੈਨੇਡਾ ਨੂੰ 18004 636868 ਜਾਂ ਫਿਰ 18003618935 ਦੇ ਉੱਤੇ ਸੰਪਰਕ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ